ਹਾਂਜੀ ਵੀਡੀਓ ਵੇਖ ਰਹੇ ਸਾਰੇ ਭੈਣਾਂ ਅਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਸੋ ਅੱਜ ਆਪਾਂ ਨਵਾਂ ਜੀ ਹੁਣ ਆਪਾਂ ਅੱਜ ਤੁਹਾਡੇ ਲਈ ਨਵਾਂ ਡਿਜ਼ਾਇਨ ਲੈ ਕੇ ਹਾਜ਼ਰ ਹੋਏ ਹਾਂ। ਇਹ ਅਸੀਂ ਸਕੀਵੀ 'ਤੇ ਡਿਜ਼ਾਇਨ ਜਿਹੜਾ ਪਾਉਂਦੇ ਪਏ ਸੀ ਅਤੇ ਡਿਜ਼ਾਇਨ ਬਹੁਤ ਹੀ ਪਿਆਰਾ ਵਾ, ਵੇਖੋ ਤੁਸੀਂ ਕਿੰਨਾ ਸੋਹਣਾ ਬਣਿਆ ਹੋਇਆ ਵਾ। ਅਤੇ ਮੈਂ ਕਿਹਾ ਚਲੋ ਆਪਣੇ ਭੈਣਾਂ ਭਰਾਵਾਂ ਨਾਲ ਸ਼ੇਅਰ ਕਰ ਲੈਂਦੇ ਹਾਂ। ਬਹੁਤ ਹੀ ਸੌਖਾ ਡਿਜ਼ਾਇਨ ਆ, ਇਹ ਦੋ ਸਿਲਾਈ ਦਾ ਡਿਜ਼ਾਇਨ ਆ ਅਤੇ ਬਿਲਕੁਲ ਵੀ ਜਾਣੀ ਕਿ ਸਮਝ ਵਿੱਚ ਆਉਣ ਵਾਲਾ ਡਿਜ਼ਾਇਨ, ਬਹੁਤ ਹੀ ਸੌਖਾ ਵਾ, ਇਹਨੂੰ ਕੋਈ ਵੀ ਪਾ ਸਕਦਾ ਅਤੇ ਤੁਸੀਂ ਕਿਸੇ ਵੀ ਸਵਾਟਰ, ਕੋਟੀ ਜਾਂ ਬੱਚਿਆਂ ਦੇ, ਜੇ ਤੁਸੀਂ ਬੱਚਿਆਂ ਦੀ ਕੋਈ ਕੋਟੀ, ਜੈਕਟ ਜਾਂ ਕਿਸੇ ਵੱਡੇ ਹੈ ਨਾ ਜੈਂਟਸ ਦਾ ਤੁਸੀਂ ਸਵੈਟਰ ਵਗੈਰਾ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹਦੇ 'ਤੇ ਵੀ ਪਾ ਸਕਦੇ ਹੋ। ਅਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਡਿਜ਼ਾਇਨ। ਸਭ ਤੋਂ ਪਹਿਲਾਂ ਆਪਾਂ ਜਿਹੜੇ ਚਾਰ ਚਾਰ ਕੁੰਡਿਆਂ ਦੇ ਹਿਸਾਬ ਨਾਲ ਆਪਾਂ ਜਿਹੜੇ ਕੁੰਡੇ ਐਡਜਸਟ ਆਪਣੇ ਸਹੀ ਕਰ ਲੈਣੇ, ਠੀਕ ਆ। ਚਾਰ ਕੁੰਡੇ ਆਪਣੇ ਪੁੱਠੇ ਆਉਣੇ ਚਾਹੀਦੇ ਆ ਅਤੇ ਚੌਂ ਕੁੰਡਿਆਂ ਦਾ ਆਪਣਾ ਜਿਹੜਾ ਡਿਜ਼ਾਇਨ ਆਉਣਾ ਚਾਹੀਦਾ, ਫਿਰ ਚਾਰ ਪੁੱਠੇ ਫਿਰ ਚੌਂ ਦਾ ਡਿਜ਼ਾਇਨ ਆਉਣਾ ਚਾਹੀਦਾ। ਇਸ ਤਰੀਕੇ ਨਾਲ ਆਪਣਾ ਜਿਹੜਾ ਡਿਜ਼ਾਇਨ ਬਣਨਾ। ਹੁਣ ਆਪਣੇ ਸਭ ਤੋਂ ਪਹਿਲਾਂ ਚਾਰ ਪੁੱਠੇ ਆ, ਆਪਾਂ ਪੁੱਠੇ ਬਣਾ ਲਾਂਗੇ। ਲਓ ਜੀ ਇਹ ਸਾਡੇ ਚਾਰ ਕੁੰਡੇ ਹੋ ਗਏ ਪੁੱਠੇ। ਹੁਣ ਧਾਗਾ ਜਿਹੜਾ ਆਪਾਂ ਪਿਛਲੀ ਸਾਈਡ ਕਰਾਂਗੇ ਅਤੇ ਜਿਹੜੇ ਆਹ ਪਹਿਲੇ ਦੋ ਕੁੰਡੇ ਆ ਇਹਨਾਂ ਨੂੰ ਆਪਾਂ ਸਿੱਧੇ ਬਣਾਵਾਂਗੇ। ਹੁਣ ਜਿਹੜੇ ਪਿਛਲੇ ਦੋ ਕੁੰਡੇ ਆ ਇਹਨਾਂ 'ਤੇ ਆਪਣਾ ਡਿਜ਼ਾਇਨ ਬਣਨਾ। ਧਾਗਾ ਆਪਾਂ ਅੱਗੇ ਕਰਾਂਗੇ। ਇਹ ਜਿਹੜਾ ਪਹਿਲਾ ਕੁੰਡਾ ਵਾ ਇਹਨੂੰ ਆਪਾਂ ਇਸ ਤਰੀਕੇ ਨਾਲ ਵਾਲ ਪਾ ਕੇ ਬਦਲਾਂਗੇ ਅਤੇ ਪਿੱਛੋਂ ਦੀ ਬੈਕ ਦੀ ਸਿਲਾਈ ਪਾ ਕੇ ਇਸ ਤਰੀਕੇ ਨਾਲ ਆਪਾਂ ਵਾਲ ਪਾ ਕੇ ਇਹਨੂੰ ਆਪਾਂ ਉਣ ਦੇਵਾਂਗੇ। ਹੁਣ ਆਪਾਂ ਚਾਰ ਕੁੰਡੇ ਪੁੱਠੇ, ਕਈ ਕੁੰਡੇ ਬੋਲਦੇ ਆ, ਕਈ ਫੰਦੇ ਬੋਲਦੇ ਆ, ਅਤੇ ਮੈਂ ਤਾਂ ਵੈਸੇ ਕੁੰਡੇ ਹੀ ਬੋਲਦੀ ਹਾਂ। ਅਤੇ ਹੁਣ ਫਿਰ ਆਪਾਂ ਡਿਜ਼ਾਇਨ ਬਣਾਵਾਂਗੇ, ਫਿਰ ਤੋਂ ਆਪਣਾ ਉਹੀ ਡਿਜ਼ਾਇਨ ਰਿਪੀਟ ਹੋਣਾ ਵਾ। ਦੋ ਸਿੱਧੇ ਅਤੇ ਇਹ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਘੁਮਾ ਕੇ ਇਸ ਤਰੀਕੇ ਆਪਾਂ ਇੱਧਰ ਦੀ ਸਿਲਾਈ ਪਾਉਣੀ ਹੈ ਇਸ ਤਰੀਕੇ ਨਾਲ। ਫਿਰ ਤੋਂ ਚਾਰ ਪੁੱਠੇ। ਫਿਰ ਤੋਂ ਦੋ ਸਿੱਧੇ, ਡਿਜ਼ਾਇਨ ਸ਼ੁਰੂ ਹੋ ਗਿਆ ਆਪਣਾ। ਧਾਗਾ ਆਪਣੀ ਤਰਫ, ਇਹਨੂੰ ਆਪਾਂ ਘੁਮਾਵਾਂਗੇ। ਇਹਨੂੰ ਆਪਾਂ ਘੁਮਾ ਲਿਆ ਇਸ ਤਰੀਕੇ ਨਾਲ। ਫਿਰ ਤੋਂ ਚਾਰ ਕੁੰਡੇ ਆਪਣੇ ਪੁੱਠੇ। ਦੋ ਸਿੱਧੇ ਬਣਾਵਾਂਗੇ। ਫਿਰ ਤੋਂ ਆਪਾਂ ਇਹਨਾਂ ਨੂੰ ਘੁਮਾਵਾਂਗੇ, ਧਾਗਾ ਆਪਣੀ ਤਰਫ ਕਰ ਲੈਣਾ, ਠੀਕ ਆ। ਲਓ ਜੀ ਇਸੇ ਤਰ੍ਹਾਂ ਸਾਰੀ ਸਿਲਾਈ ਜਿਹੜੀ ਆਪਣੀ ਕੰਪਲੀਟ ਆਪਾਂ ਕਰ ਲੈਣੀ। ਲਓ ਜੀ ਸਾਡੀ ਇੱਧਰੋਂ ਸਿਲਾਈ ਕੰਪਲੀਟ ਜਿਹੜੀ ਹੋ ਗਈ ਆ, ਤੁਸੀਂ ਵੇਖ ਸਕਦੇ ਹੋ। ਇੱਕ ਵਾਰ ਡਿਜ਼ਾਇਨ ਸਾਡਾ ਇੱਥੇ ਬਣਦਾ, ਇੱਕ ਵਾਰ ਇੱਥੇ ਬਣਦਾ। ਅਤੇ ਹੁਣ ਆਪਾਂ ਆ ਗਏ ਪੁੱਠੀ ਸਿਲਾਈ 'ਤੇ। ਪੁੱਠੀ ਸਿਲਾਈ ਇਹ ਆਪਣੀ ਸਾਰੀ ਪੁੱਠੀ ਹੀ ਜਾਣੀ ਹੈ। ਅਤੇ ਹੁਣ ਆਪਾਂ ਇਹਨੂੰ ਪੂਰੀ ਕਰਕੇ ਫਿਰ ਤੁਹਾਨੂੰ ਮਿਲਦੇ ਆਪਾਂ ਸਿੱਧੀ ਸਾਈਡ। ਲਓ ਜੀ ਹੁਣ ਆਪਾਂ ਫਿਰ ਤੋਂ ਸਿੱਧੀ ਸਾਈਡ ਆ ਗਏ ਜੀ। ਆਪਾਂ ਫਿਰ ਤੋਂ ਸਿੱਧੀ ਸਾਈਡ ਆ ਗਏ ਅਤੇ ਹੁਣ ਆਪਾਂ ਫਿਰ ਤੋਂ ਤੁਹਾਨੂੰ ਡਿਜ਼ਾਇਨ ਦੱਸਾਂਗੇ। ਅਤੇ ਸਭ ਤੋਂ ਪਹਿਲਾਂ ਜੇ ਪਹਿਲਾ ਕੁੰਡਾ ਤੁਸੀਂ ਵੈਸੇ ਲਾਉਣਾ ਚਾਹੁੰਦੇ ਤਾਂ ਲਾ ਸਕਦੇ, ਨਹੀਂ ਤਾਂ ਇਹਨੂੰ ਪੁੱਠਾ ਬਣਾ ਸਕਦੇ ਹੋ।
ਚਾਰ ਕੁੰਡੇ ਆਪਣੇ ਪੁੱਠੇ ਅਤੇ ਹੁਣ ਜਿਹੜੇ ਆਪਾਂ ਇਹ ਦੋ ਪਹਿਲੇ ਕੁੰਡੇ ਸਿੱਧੇ ਹੋਣੇ ਸੀ ਨਾ, ਹੁਣ ਆਪਾਂ ਇਹਨਾਂ 'ਤੇ ਡਿਜ਼ਾਇਨ ਬਣਨਾ ਵਾ। ਆਪਾਂ ਇਹਨਾਂ ਨੂੰ ਦੋਨਾਂ ਨੂੰ ਘਟਾਵਾਂਗੇ, ਫਿਰ ਤੋਂ ਧਾਗਾ ਅੱਗੇ ਕਰਕੇ ਜਿਹੜਾ ਇਹ ਵਾਲਾ ਕੁੰਡਾ ਵਾ ਤੀਜੇ ਨੰਬਰ ਵਾਲਾ, ਇਹਨੂੰ ਆਪਾਂ ਸਿੱਧਾ ਆਉਣਾ ਜੀ, ਅਤੇ ਚੌਥਾ ਕੁੰਡਾ ਵੀ ਆਪਣਾ ਸਿੱਧਾ ਆਉਣਾ ਜੀ। ਫਿਰ ਤੋਂ ਚਾਰ ਪੁੱਠੇ, ਬਹੁਤ ਹੀ ਸੌਖਾ ਜਿਹਾ ਡਿਜ਼ਾਇਨ ਆ। ਲਓ ਜੀ, ਫਿਰ ਤੋਂ ਆਪਾਂ ਆ ਗਏ ਸਿੱਧੀ ਸਾਈਡ ਡਿਜ਼ਾਇਨ ਵਾਲੀ, ਇਹਨੂੰ ਆਪਾਂ ਫਿਰ ਘਟਾ ਦਾਂਗੇ, ਧਾਗਾ ਆਪਣਾ ਪਿੱਛੇ ਰੱਖਾਂਗੇ, ਇਹਨਾਂ ਨੂੰ ਘਟਾ ਕੇ ਫਿਰ ਧਾਗਾ ਅੱਗੇ ਕਰਾਂਗੇ। ਜਿਹੜਾ ਤੀਜੇ ਨੰਬਰ ਵਾਲਾ ਕੁੰਡਾ, ਇਹਨੂੰ ਆਪਾਂ ਸਿੱਧਾ ਆਉਣਾ। ਫਿਰ ਤੋਂ ਚਾਰ ਪੁੱਠੇ, ਫਿਰ ਇਹਨਾਂ ਨੂੰ ਆਪਾਂ ਦੋਨਾਂ ਨੂੰ ਘਟਾਵਾਂਗੇ, ਇਹਨਾਂ ਨੂੰ ਆਪਾਂ ਘਟਾਵਾਂਗੇ। ਇਹਦੇ ਨਾਲ ਆਪਣੇ ਕੁੰਡੇ ਘਟਣਗੇ ਨਹੀਂ, ਇਹ ਆਪਣੇ ਨਾਲ ਦੀ ਨਾਲ ਵਧੀ ਜਾਂਦੇ ਆ। ਘਟਾ ਕੇ ਆਪਾਂ ਧਾਗਾ ਅੱਗੇ ਕਰਾਂਗੇ, ਇਹ ਕੁੰਡਾ ਜਿਹੜਾ ਆਪਣਾ ਇਹਨੂੰ ਸਿੱਧਾ ਆਉਣਾਗੇ। ਇੱਥੇ ਆਪਣੇ ਜਿਹੜੇ ਇੱਥੇ ਆਪਾਂ ਘਟਾਇਆ ਸੀ, ਇੱਥੇ ਆਪਣੇ ਦੋਵੇਂ ਪੂਰੇ ਹੋ ਗਏ, ਅਤੇ ਚੌਥਾ ਆਪਣਾ ਇਹ ਹੋ ਗਿਆ। ਫਿਰ ਤੋਂ ਚਾਰ ਪੁੱਠੇ, ਫਿਰ ਦੋ ਤੋਂ ਇੱਕ ਧਾਗਾ ਆਪਣੀ ਸਾਈਡ ਸਿੱਧਾ, ਫਿਰ ਤੋਂ ਸਿੱਧੇ, ਫਿਰ ਚਾਰ ਪੁੱਠੇ। ਇਸੇ ਤਰ੍ਹਾਂ ਹੀ ਆਪਣੀ ਜਿਹੜੀ ਸਾਰੀ ਸਿਲਾਈ ਕੰਪਲੀਟ ਆਪਾਂ ਕਰਦੇ ਜਾਣਾ। ਅਤੇ ਆਸ ਕਰਦੇ ਕਿ ਤੁਹਾਨੂੰ ਸਾਡਾ ਇਹ ਵਾਲਾ ਡਿਜ਼ਾਇਨ ਪਸੰਦ ਆਏਗਾ। ਪਸੰਦ ਆਇਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ। ਇਸ ਤਰੀਕੇ ਨਾਲ ਬਣੇਗਾ, ਦੇਖੋ ਇੱਕ ਇਹ ਵਾਲਾ ਡਿਜ਼ਾਇਨ ਇੱਧਰ ਬਣੂਗਾ, ਬਾਰੀ ਇੱਕ ਆਪਣੀ ਇੱਥੇ ਬਣੂਗੀ। ਇਹਦੇ ਵਿੱਚ ਬਹੁਤੀਆਂ ਬਾਰੀਆਂ ਨਹੀਂ ਹੈਗੀਆਂ, ਵੀ ਬਹੁਤ ਹੀ ਸੋਹਣਾ ਡਿਜ਼ਾਇਨ ਬਣਦਾ ਪਿਆ ਵਾ। ਅਤੇ ਆਸ ਕਰਦੇ ਕਿ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਪਸੰਦ ਆਈ। ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ। ਜਲਦ ਹੀ ਮਿਲਦੇ ਹਾਂ ਅਗਲੀ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।